बोलिए जगत गुरु भगवान श्री चंद्र महाराज की जय। आओ अज तुम दर्शन करवाने उदासी आश्रम डेरा बाबा अलख राम जी पिंड बीरोके कला जिला मानसा जिथे महापुरशां दी याद विच सालाना जोड़ मेला बहुत ही श्रद्धा नाल मनाया गया। महंत शांतानंद जी मौजूदा गद्दी नशीन डेरा हवेली वाला अते अस्थान दे मौजूदा गद्दी नशीन महंत बालक राम जी समूह नगर निवासी नगर पंचायत अते इलाके ने संगत सहयोग नाल करवाए गए समागम मौके आरंभ किए पाठां दी लड़ी दे भोग पाए गए। इस मौके बड़ी गिनती विच संगतां ने हाजरियां भरियां अते अस्थान ते नतमस्तक हो के अपना जीवन सफला किया। जिसके सिर ऊपर तू स्वामी सो दुख कैसा पावे, सो दुख कैसा पावे। जिसके सिर ऊपर तू स्वामी सो दुख कैसा पावे, सो दुख कैसा पावे। बोल ना जाने माया मद माता, बोल ना जाने मरना चीत न आवे, मरना चीत न आवे, मरना चीत न आवे, मरना चीत न आवे। जिसके सिर ऊपर तू स्वामी सो दुख कैसा पावे, दुख कैसा पावे। मेरे राम राय, मेरे राम राय, मेरे राम राय, तू संत का संत तेरे, तू संत का संत तेरे, तेरे सेवक को पाओ किछ नाही, तेरे सेवक को पाओ किछ नाही। जम नहीं आवे नेरे, 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 जम नहीं आवे नेरे। जिसके सिर ऊपर तू स्वामी सो दुख कैसा पावे, सो दुख कैसा पावे। जिसके सिर ऊपर तू स्वामी सो दुख कैसा पावे, सो दुख कैसा।
ਰੂਹਾਨੀ ਸਥਾਨ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਬਾਬਾ ਰਖਰਾਮ ਜੀ ਮਹਾਰਾਜ ਨੇ ਜਿੱਥੇ ਸਾਡੀ ਮਿਹਰ ਨੂੰ ਉਤਾਰਿਆ ਹੈ ਉੱਥੇ ਹੀ ਉਹਨਾਂ ਨੇ ਸ਼ਿਵਾਦ ਉਹਨਾਂ ਦੀ ਵਿਆਹ ਦ੍ਰਿਸ਼ਟੀ ਅੱਜ ਵੀ ਸਾਡੇ ਤੇ ਉਸੇ ਤਰ੍ਹਾਂ ਵਰਸ਼ ਗਈ ਹੈ। ਬੜੇ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਬਾਬਾ ਰਖਰਾਮ ਜੀ ਕਿਸੇ ਵੀਰੋ ਕੇ ਕਲਾ ਤੋਂ ਵਾਪਸ ਚਲੇ ਗਏ ਉਹਨਾਂ ਦਾ ਦੂਜਾ ਬੜਾ ਜਗ੍ਹਾ ਤੇ ਸ਼ਹਿਰ ਲੱਗਿਆ ਹੋਇਆ ਸੀ। ਉਸ ਮੌਕੇ ਆਪਣੀ ਨਗਰ ਦੇ ਵਿੱਚ ਕਿਉਂਕਿ ਉਦੋਂ ਕਾਲ ਤੇ ਸੋਕੇ ਬੜੇ ਪਿਆਰ ਕਰਦੇ ਸਨ ਆਪਣੀ ਧਰਤੀ ਤੇ ਵੀ ਕੋਈ ਬਾਰਿਸ਼ ਨਾ ਹੋਈ ਮੀਂਹ ਨਾ ਪਿਆ ਫਸਲ ਵਾਰੀ ਨਹੀਂ ਹੋਈ ਇੱਥੋਂ ਤੱਕ ਨੌਬਤ ਆ ਗਈ ਕਿ ਹਰਾ ਚਾਰਾ ਵੀ ਪਸ਼ੂਆਂ ਲਈ ਖਤਮ ਹੋ ਗਿਆ ਸੀ। ਕੁਝ ਲੋਕ ਇਸ ਗੱਲ ਦੀ ਤੰਗੀ ਤੋਂ ਔਖੇ ਹੋ ਕੇ ਆਪਣੇ ਮਾਲ ਪਸ਼ੂ ਲੈ ਕੇ ਚਾਲੇ ਪਾਏ ਜਗਾਦਰੀ ਸ਼ਹਿਰ ਨੂੰ ਆਪਣੇ ਪਿੰਡ ਦੇ ਪਤਵੰਤੀ ਸੱਜਣ ਉਹ ਤੁਰ ਪਏ ਕਿ ਹੁਣ ਪਤਾ ਨੀ ਕਦੋਂ ਬਾਰਿਸ਼ ਹੋਈ ਹੈ ਕਦੋਂ ਕੀ ਹਰਾ ਚਾਰਾ ਹੋਣਾ ਤੇ ਉਹਨਾਂ ਚ ਆਪਣਾ ਥੋੜਾ ਘਣਾ ਸਮਾਂ ਜਿਹੜੀ ਸ਼ਹਿਰ ਕੁਛ ਉਹਨਾਂ ਨੂੰ ਲੱਗਿਆ ਕਿ ਇਹ ਸ਼ਹਿਰ ਖੁਸ਼ਹਾਲੀ ਹੈ ਸ਼ਹਿਰ ਕੁਛ ਨਾ ਕੁਛ ਹੈ ਉਸ ਪਾਸੇ ਨੂੰ ਤੁਰ ਗਏ ਤੇ ਜਾਂਦੇ ਜਾਂਦੇ ਦੋ ਚਾਰ ਦਿਨਾਂ ਦੇ ਵਿੱਚ ਜਗਾਦਰੀ ਸ਼ਹਿਰ ਪਹੁੰਚੇ ਉੱਥੇ ਉਹ ਬਾਬਾ ਜੀ ਜਮਾਤ ਬਾਬਾ ਰਖਰਾਮ ਜੀ ਉਸ ਜਗ੍ਹਾ ਬਿਰਾਜਮਾਨ ਸਨ ਉੱਥੇ ਬਾਬਾ ਜੀ ਸਮਾਧੀ ਬਣੀ ਹੋਈ ਹੈ ਜਗਾਦਰੀ ਦੇ ਵਿੱਚ। ਉੱਥੇ ਉਹ ਸੰਗਤਾਂ ਗਈਆਂ ਉੱਥੇ ਜਾ ਕੇ ਪਤਾ ਲੱਗਿਆ ਕਿ ਬਾਬਾ ਰਖਰਾਮ ਜੀ ਜਮਾਤ ਇੱਥੇ ਨੇੜੇ ਤਿਕੜੀ ਕੀਤੇ ਹੈ ਸੋ ਉਹਨਾਂ ਦਾ ਪ੍ਰੇਮ ਸੀ ਆਪਣੇ ਨਗਰ ਵਾਲੇ ਬਾਬਾ ਰਖਰਾਮ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਸਾਰੇ ਹੀ ਇਕੱਠੇ ਹੋ ਕੇ ਉਸ ਪਾਸੇ ਨੂੰ ਚੱਲ ਕੇ ਜਿੱਧਰ ਬਾਬਾ ਜੀ ਦਾ ਧੂਣਾ ਲੱਗਿਆ ਸੀ ਬਾਬਾ ਰਖਰਾਮ ਜੀ ਬਿਰਾਜਮਾਨ ਸਨ ਉੱਥੇ ਗਏ ਜਾ ਕੇ ਨਮਸਕਾਰਾਂ ਕੀਤੇ ਔਰ ਮੱਥਾ ਟੇਕਿਆ ਤੇ ਬਾਬਾ ਜੀ ਨੇ ਪੁੱਛਿਆ ਵੀ ਸੰਗਤ ਕਿੱਥੋਂ ਆਈ ਹੈ ਕਿਹੜੇ ਪਾਸੇ ਆਏ ਹੋ। ਜਦੋਂ ਨਗਰ ਦੌਲਾ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਮਹਾਰਾਜ ਅਸੀਂ ਵੀਰੋ ਕੀ ਕਲਾ ਤੋਂ ਆਏ ਹਾਂ ਤੇ ਸਾਡੇ ਉਹ ਕਹਿੰਦੇ ਵੀ ਤੁਸੀਂ ਇਹਦਾ ਮਾਲ ਪਸ਼ੂ ਸਾਰੇ ਨਾਲ ਕਹਿੰਦੇ ਜੀ ਸਾਡੇ ਕਾਫੀ ਸਮਾਂ ਹੋ ਗਿਆ ਬਾਰਿਸ਼ ਨਹੀਂ ਪਈ ਤੇ ਸੋਕਾ ਪੈ ਗਿਆ ਸੋਕੇ ਦੇ ਕਰਕੇ ਫਸਲ ਵਾੜੀ ਨਹੀਂ ਹੋਈ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਇਸ ਕਰਕੇ ਟਾਈਮ ਟੁਕਾਉਣ ਦੇ ਲਈ ਇੱਧਰ ਆਏ ਆ ਤੇ ਤੁਹਾਡਾ ਸੁਣਿਆ ਕਿ ਬਾਬਾ ਰਖਰਾਮ ਜੀ ਇੱਥੇ ਆਏ ਹੋ ਤੇ ਤੁਹਾਡੇ ਦਰਸ਼ਨਾਂ ਨੂੰ ਆ ਗਏ ਤੇ ਬਾਬਾ ਜੀ ਨੇ ਜੋ ਜਾਵੇ ਸੀ ਚਾਹ ਪਾਣੀ ਛਕਾ ਕੇ ਸੰਗਤਾਂ ਨੇ ਕਿ ਤੁਸੀਂ ਆਰਾਮ ਕਰੋ ਸੁਬਾਹ ਮਿਲਦੇ ਆ ਤੇ ਸੁਬਾਹ ਸਾਰੀ ਸੰਗਤ ਨੂੰ ਬੁਲਾ ਕੇ ਕਿਹਾ ਕਿ ਜਾਓ ਮਹਾਰਾਜ ਦੀ ਕਿਰਪਾ ਹੋ ਗਈ ਤੁਸੀਂ ਜਾਓ ਤੁਹਾਡੇ ਨਗਰ ਦੇ ਵਿੱਚ ਅੱਜ ਤੋਂ ਬਾਅਦ ਸੋਕਾ ਨਹੀਂ ਪਵੇਗਾ ਤੁਸੀਂ ਜਾ ਕੇ ਦੇਖੋ ਤੁਹਾਡੇ ਤਾਂ ਕਹਿੰਦੇ ਰੂੜੀਆਂ ਦੇ ਉੱਪਰ ਵੀ ਘਾਹ ਹਰਾ ਪਿਆ ਤੁਸੀਂ ਸਾਨੂੰ ਨਹੀਂ ਕਦੋਂ ਕਿਤੇ ਜਾਣ ਦੀ ਲੋੜ ਨਹੀਂ ਜਾਓ ਵਾਪਸ ਤੇ ਸੱਜਣੋ ਉਸ ਤਰ੍ਹਾਂ ਸ਼ਰਧਾਲੂ ਸੀ ਜਿਹੜੇ ਵਿਸ਼ਵਾਸ ਰੱਖਦੇ ਸੀ ਬਾਬਾ ਜੀ ਦੀ ਬਾਣੀ ਦੇ ਕਿਉਂਕਿ ਜਾਣਦੇ ਸਨ ਇਹ ਕੁਛ ਫੇਰੇ ਵਰਗੇ ਕੁਛ ਹੁੰਦੇ ਆ ਨਾ ਮੰਨਣ ਵਾਲੇ ਵੀ ਦੋ ਤਰਫਾ ਦੀਆਂ ਗੱਲਾਂ ਕਰਨ ਲੱਗ ਗਏ ਕੁਛ ਕਹਿੰਦੇ ਨਹੀਂ ਜਦੋਂ ਬਾਬਾ ਜੀ ਨੇ ਕਿਹਾ ਤਾਂ ਆਪਾਂ ਵਾਪਸ ਮੁੜਦੇ ਆ ਕੁਛ ਕਹਿੰਦੇ ਨਹੀਂ ਕੀ ਪਤਾ ਹੋ ਜਾਂ ਨਾ ਹੋ ਬਦਲ ਤਾਂ ਕਹਿ ਦਿੱਤਾ ਆਪਾਂ ਦੋ ਦਿਨ ਤਾਂ ਹੋਇਆ ਜੇ ਆਇਆ ਤਾਂ ਅੱਗੇ ਛੇਤੀ ਕਿੱਥੇ ਉੱਥੇ ਹਰਾ ਚਾਰਾ ਹੋ ਜੂ ਕਿੱਥੇ ਉੱਥੇ ਸਾਰਾ ਕੁਛ ਹੋ ਜੂ ਕਿੱਥੇ ਮੀਂਹ ਪੈ ਗਿਆ ਪਰ ਨਹੀਂ ਬਹੁਤ ਆਤ ਹੋ ਗਈ ਜਿਹੜੇ ਸ਼ਰਧਾਲੂ ਸੀ ਜਿਹੜੇ ਨਾ ਮੰਨਣ ਵਾਲੇ ਸੀ ਉਹਨਾਂ ਨੂੰ ਮੰਨਣਾ ਪਿਆ ਤੇ ਵਾਪਸ ਆ ਗਏ ਜਦੋਂ ਵਾਪਸ ਆ ਕੇ ਵੇਖਿਆ ਸੱਜਣੋ ਸੱਚੀ ਸਾਰੇ ਇਲਾਕੇ ਦੇ ਵਿੱਚ ਬਾਰਿਸ਼ ਹੋਈ ਤੇ ਹਰਾ ਚਾਰਾ ਘਾਹ ਖੇਤਾਂ ਚ ਤਾਂ ਕੀ ਕਹਿੰਦੇ ਰੂੜੀਆਂ ਚ ਵੀ ਘਾਹ ਉੱਗਣਾ ਸ਼ੁਰੂ ਹੋ ਗਿਆ ਸੀ ਸੋ ਅਜਿਹਾ ਸਾਡੇ ਨਗਰ ਦੇ ਵਿੱਚ ਹਮੇਸ਼ਾ ਸ਼ੁਰੂਆਤ ਰਿਹਾ ਉਹਨਾਂ ਦੀ ਵੀ ਕਿਰਪਾ ਉਹਨਾਂ ਦੇ ਵਚਨ ਸੀ ਕਿ ਤੁਹਾਡੀ ਧਰਤੀ ਦੇ ਉੱਪਰ ਕਦੇ ਵੀ ਕਾਲ ਨਹੀਂ ਪਵੇਗਾ ਕਦੇ ਸ਼ੋਕਾ ਨਹੀਂ ਪਵੇਗਾ ਤੇ ਅੱਜ ਵੀ ਉਹਨਾਂ ਦੇ ਜਿਹੜੇ ਵਚਨ ਨੇ ਬਾਬਾ ਰਖਰਾਮ ਜੀ ਦੇ ਬਿਲਕੁਲ ਸੱਚ ਨੇ ਸਾਡੇ ਇਸ ਧਰਤੀ ਦੇ ਉੱਪਰ ਆਲੇ ਦੁਆਲੇ ਕਦੇ ਵੀ ਕਦੇ ਫਸਲ ਦਾ ਨੁਕਸਾਨ ਜਾਂ ਏਦਾਂ ਦੀ ਕਦੇ ਮੌਤ ਨਹੀਂ ਆਈ ਕਿ ਕਿਸੇ ਘਰ ਦੇ ਵਿੱਚ ਖੇਤੋਂ ਦਾਣੇ ਘਰੇ ਨਾ ਆਏ ਹੋ ਜਾਂ ਕਿਸੇ ਦਾ ਹਰਾ ਚਾਰਾ ਕੋਈ ਨਾ ਹੋਇਆ ਹੋਵੇ ਤੇ ਪਸ਼ੂ ਕਿਸੇ ਦਾ ਭੁੱਖਾ ਹੋਵੇ ਸੋ ਮਹਾਂਪੁਰਸ਼ਾਂ ਦੀ ਬੜੀ ਕਿਰਪਾ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਲੈਣ ਉਪਰੰਤ ਪੁੱਜੀਆਂ ਸ਼ਖਸੀਅਤਾਂ ਨੂੰ ਅਤੇ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਆਈਆਂ ਸੰਗਤਾਂ ਦਾ ਮਹੰਤ ਸ਼ਾਂਤਾਨੰਦ ਜੀ ਅਤੇ ਮਹੰਤ ਬਾਲਕ ਰਾਮ ਜੀ ਵੱਲੋਂ
धन्यवाद भी किया गया। वाहे गुरु, वाहे गुरु, वाहे गुरु, वाहे गुरु, वाहे गुरु, वाहे गुरु, नानक देव महाराज की जय। बाबा श्री चंद भगवान की जय। सिद्ध बाबा लखराम जी महाराज की जय। बाबा हरिदास जी महाराज की जय। बहुत ही प्राचीन सिद्धां दा मकान सिद्ध बाबा लखराम जी पिंड बीरो के कलां विखे हर साल दी तरह तन तन बाबा लखराम जी दी सालाना याद ਨੂੰ ਮਨਾਉਂਦੇ ਹੋਏ ਮਾਘ ਦੀ ਸੰਗਰਾਂਦ 14 ਜਨਵਰੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੀ ਜਿਹੜੀ ਲੜੀ ਉਹ ਪ੍ਰਾਰੰਭ ਹੋਈ। ਪਹਿਲੀ ਲੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ 19 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਅਤੇ ਜਿਨ੍ਹਾਂ ਦੇ 16 ਜਨਵਰੀ ਨੂੰ ਭੋਗ ਪਾਏ ਗਏ।
ਅਤੇ 19 ਸ੍ਰੀ ਅਖੰਡ ਪਾਠ 16 ਜਨਵਰੀ ਨੂੰ ਪ੍ਰਕਾਸ਼ ਕਰਵਾ ਕੇ ਅੱਜ 18 ਜਨਵਰੀ ਨੂੰ ਸੰਪੂਰਨ ਭੋਗ ਪਾਏ। ਸੋ ਇਹ ਸਾਰੇ ਅਖੰਡ ਪਾਠਾਂ ਦੀ ਸੇਵਾ ਇਸ ਅਸਥਾਨ ਨਾਲ ਜੁੜੀਆਂ ਸੰਗਤਾਂ, ਨਗਰ ਨਿਵਾਸੀ ਅਤੇ ਸੇਵਾਦਾਰਾਂ ਵੱਲੋਂ ਲਈ ਗਈ। ਸੋ ਸਿੱਧ ਬਾਬਾ ਲਖ ਰਾਮ ਜੀ ਬੜਾ ਪ੍ਰਾਚੀਨ ਇਹ ਸਥਾਨ ਹੈ। ਬਹੁਤ ਸਾਲ ਪਹਿਲਾਂ ਆਪਣੀ ਜਮਾਤ ਨਾਲ ਇਸ ਪਵਿੱਤਰ ਸਥਾਨ 'ਤੇ ਆਏ ਅਤੇ ਇੱਥੇ ਉਹ ਕਾਫੀ ਲੰਮਾ ਸਮਾਂ ਭਜਨ ਬੰਦਗੀ ਪਾਠ ਸਿਮਰਨ ਕਰਦੇ ਰਹੇ। ਸੋ ਸਾਡੇ ਨਗਰ ਦੀ, ਆਲੇ ਦੁਆਲੇ ਦੇ ਨਗਰਾਂ ਦੀ, ਇਸ ਸਮਾਧ ਦੇ ਉੱਪਰ ਬਾਬਾ ਲਖ ਰਾਮ ਜੀ ਦੇ ਪਵਿੱਤਰ ਸਥਾਨ ਦੇ ਬੜੀ ਅਥਾਹ ਸ਼ਰਧਾ ਹੈ। ਉਸ ਅਥਾਹ ਸ਼ਰਧਾ ਦੇ ਨਾਲ ਹੀ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਸਥਾਨ 'ਤੇ ਆ ਕੇ, ਚਾਹੇ ਉਹ ਬੀਰੋ ਕੇ ਕਲਾਂ ਦਾ ਵਾਸੀ ਕਿਤੇ ਵੀ ਵਸਨੀਕ ਕਰਦਾ, ਚਾਹੇ ਬੁਲਾਡਾ, ਚਾਹੇ ਮਾਨਸਾ, ਲੁਧਿਆਣਾ, ਜਲੰਧਰ, ਉਹ ਇਸ ਸਥਾਨ 'ਤੇ ਆ ਕੇ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਮੱਥਾ ਟੇਕਦਾ ਅਤੇ ਆਪਣੇ ਸੁੱਖਾਂ ਦੀ ਕਾਮਨਾ ਦੀ ਪੂਰਤੀ ਹੋਣ 'ਤੇ ਇੱਥੇ ਆ ਕੇ ਅਖੰਡ ਪਾਠ ਜਾਂ ਦਸਵੰਧ ਨਾਲ ਸੇਵਾ ਕੱਢ ਕੇ ਸੇਵਾ ਕਰਦਾ। ਸੋ ਬਾਬਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਕੁਸ਼ਤੀ ਦੰਗਲ ਕਰਾਇਆ ਜਾਂਦਾ, ਜਿਹੜਾ ਕਿ 17 ਜਨਵਰੀ ਨੂੰ ਹਰ ਸਾਲ ਹੁੰਦਾ ਹੈ। ਇਸ ਸਾਲ ਵੀ ਬਹੁਤ ਚੋਟੀ ਦੇ ਪਹਿਲਵਾਨ ਆਏ, 100 ਦੇ ਲਗਭਗ ਪਹਿਲਵਾਨ ਇਸ ਕੁਸ਼ਤੀ ਦੰਗਲ ਦੇ ਵਿੱਚ ਪਹੁੰਚੇ, ਜਿਨ੍ਹਾਂ ਨੇ ਆਪਣੀ ਕੁਸ਼ਤੀ ਦੇ ਜ਼ੋਰ ਦਿਖਾਏ ਅਤੇ ਬਹੁਤ ਹੀ ਸੰਗਤ ਨੇ, ਨਗਰ ਨਿਵਾਸੀਆਂ ਨੇ ਪਹਿਲਵਾਨਾਂ ਦਾ ਬੜਾ ਮਾਣ ਅਤੇ ਸਨਮਾਨ ਕੀਤਾ। ਸੋ 14 ਤਰੀਕ ਤੋਂ ਹੀ ਸੇਵਾਦਾਰ ਨੌਜਵਾਨ ਵੀਰ, ਬਜ਼ੁਰਗ, ਮੇਰੀਆਂ ਮਾਤਾ ਭੈਣਾਂ ਸਾਰਿਆਂ ਨੇ ਤਨ ਮਨ ਧਨ ਦੇ ਨਾਲ ਦਿਨ ਰਾਤ ਸੇਵਾ ਕੀਤੀ। ਸੋ ਜਿਨ੍ਹਾਂ ਨੌਜਵਾਨਾਂ ਨੇ, ਜਿਨ੍ਹਾਂ ਮੇਰੀਆਂ ਮਾਤਾ ਭੈਣਾਂ ਨੇ, ਵੀਰ ਬਜ਼ੁਰਗਾਂ ਨੇ ਸੇਵਾ ਕੀਤੀ, ਮੈਂ ਸਾਰੇ ਸੇਵਾਦਾਰਾਂ ਦਾ ਆਪਣੇ ਵੱਲੋਂ ਅਤੇ ਇਸ ਗੱਦੀ ਦੇ ਮੌਜੂਦਾ ਮਹੰਤ ਸ਼੍ਰੀ ਮਾਨ ਮਹੰਤ ਬਾਲਕ ਰਾਮ ਜੀ ਵੱਲੋਂ ਸਭ ਦਾ ਬਹੁਤ ਧੰਨਵਾਦ ਕਰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ, ਧੰਨ ਧੰਨ ਬਾਬਾ ਲਖ ਰਾਮ ਜੀ ਮਹਾਰਾਜ ਅੱਗੇ ਇਹੀ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਤੁਹਾਡੀ ਕੀਤੀ ਹੋਈ ਸੇਵਾ ਥਾਈਂ ਪਾਉਣ ਅਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਜੋੜ ਮੇਲੇ ਹੈ ਉਹ ਮਿਲਾਉਂਦੇ ਰਹੀਏ ਅਤੇ ਤੁਹਾਡੀ ਆਸਥਾ, ਤੁਹਾਡਾ ਪ੍ਰੇਮ, ਤੁਹਾਡਾ ਸਤਿਕਾਰ ਇਹਨਾਂ ਸਥਾਨਾਂ 'ਤੇ ਇਸੇ ਤਰ੍ਹਾਂ ਬਣਾ ਰਹੇ। ਸੋ ਆਈਆਂ ਸੰਗਤਾਂ ਦਾ, ਸਾਡੇ ਪਾਠੀ ਸਿੰਘਾਂ ਦਾ, ਜਿਨ੍ਹਾਂ ਨੇ ਬਾਣੀ ਸੁਣਾਈ ਅਤੇ ਹੋਰ ਵੀ ਅਨੇਕਾਂ ਸਹਿਯੋਗੀ ਜਿਹੜੇ ਸਾਡੇ ਨੇ, ਜਿਨ੍ਹਾਂ ਨੇ ਦਿਨ ਰਾਤ ਸਾਡਾ ਇਸ ਸਮਾਗਮ ਨੂੰ ਨੇਪਰੇ ਚਾੜਨ ਦੇ ਵਿੱਚ ਸਹਿਯੋਗ ਕੀਤਾ, ਮਹਾਂਪੁਰਸ਼ ਆਏ, ਅਤੇ ਮੈਂ ਸਾਰੇ ਮਹਾਂਪੁਰਸ਼ਾਂ ਦਾ, ਸਾਰੀ ਸੰਗਤ ਦਾ ਇੱਕ ਵਾਰ ਫਿਰ ਸਭ ਦਾ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲ ਜਗ ਸ੍ਰੀ ਚੰਦਰ ਭਗਵਾਨ ਕੀ ਜੈ। ਬਾਬਾ ਲਖ ਰਾਮ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਿਹਾ ਸੀ। ਡੇਰਾ ਬਾਬਾ ਅਲਖ ਰਾਮ ਪਿੰਡ ਬੀਰੋ ਕੇ ਕਲਾਂ ਦੀ ਧਰਤੀ 'ਤੇ ਸਫਲਤਾਪੂਰਨ ਸੰਪੰਨ ਹੋਏ ਇਹਨਾਂ ਸਮਾਗਮਾਂ ਨੂੰ ਸੰਗਤਾਂ ਆਉਂਦੇ ਸਾਲ ਤੱਕ ਮਨਾਂ 'ਚ ਸਮੋਈ ਰੱਖਣਗੀਆਂ। ਪਿੰਡ ਬੀਰੋ ਕੇ ਕਲਾਂ, ਜ਼ਿਲ੍ਹਾ ਮਾਨਸਾ ਤੋਂ ਗੌਰਵ ਗਰਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਸਤਿਗੁਰ ਕਾ ਦਿਲਾਸਾ, 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 ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ,
बोल ना जाने माया मत माता करना चीत न आवे मरना चीत न आवे मरना चीत न आवे मरना चीत न आवे जिसके सिर ऊपर तू स्वामी ज्ञान ते आन किछ कर्म न जाना